ਸ਼ਿਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸੁਮਨ ਕੁਆਤਰਾ ਸਵਾਗਤ ਕਰਦੀ ਹਾਂ। ਅੱਜ ਮੇਰੇ ਨਾਲ ਜਗਪੀ ਪਾਵਾ ਸਰ ਨੇ ਕੈਂਫਰਡ ਵਿਜ਼ਿਟ ਇਮੀਗ੍ਰੇਸ਼ਨ ਤੋਂ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕੋਰਸ ਆਫ ਸਿਲੈਕਸ਼ਨ ਸਟੱਡੀ ਪਰਮਿਟ ਲਈ ਕਿੰਨਾ ਕੁ ਜ਼ਰੂਰੀ ਹੈ, ਕਿੰਨੇ ਕੁ ਮਾਇਨੇ ਨੇ ਇਸਦੇ। ਅੱਜ ਉਹਨਾਂ ਨਾਲ ਅਸੀਂ ਖਾਸ ਗੱਲਬਾਤ ਕਰਾਂਗੇ ਇਸ ਗੱਲ 'ਤੇ। ਸ਼ੁਕਰੀਆ ਜੀ ਡੇਲੀ ਪੋਸਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਔਰ ਤੁਹਾਡਾ ਵੀ, ਥੈਂਕ ਯੂ ਵੈਰੀ ਮੱਚ। ਸਰ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੋਰਸ ਆਫ ਸਿਲੈਕਸ਼ਨ ਕੀ ਹੈ। ਸੁਮਨ ਜੀ, ਨੋਰਮਲੀ ਅਸੀਂ ਦੇਖਦੇ ਹਾਂ ਕਿ ਬੱਚਿਆਂ ਦੀ ਸਟੱਡੀ ਵੀਜ਼ਾ ਦੀ ਰਿਫਿਊਜ਼ਲ ਲੱਗ ਜਾਂਦੀ ਹੈ ਅਤੇ ਉਹਦੇ 'ਚ ਉਹਨਾਂ ਦੇ ਆਇਲਸ ਦੇ ਬੈਂਡ ਵੀ ਪੂਰੇ ਹੁੰਦੇ ਨੇ, ਉਹਨਾਂ ਦੇ ਮਾਰਕਸ ਵੀ ਚੰਗੇ ਹੁੰਦੇ ਨੇ, ਪਰ ਜੋ ਉਹਨਾਂ ਦੀ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਉਹਨਾਂ ਨੇ ਜਿਹੜਾ ਕੋਰਸ ਸਿਲੈਕਟ ਕੀਤਾ ਹੁੰਦਾ ਹੈ ਉਹ ਉਹਨਾਂ ਦੇ ਪੁਰਾਣੇ ਪੜ੍ਹੇ ਹੋਏ ਜਿਹੜੇ ਸਬਜੈਕਟਸ ਨੇ ਉਹਨਾਂ ਤੋਂ ਡਿਫਰੈਂਟ ਹੁੰਦਾ। ਜਦੋਂ ਵੀਜ਼ਾ ਆਫਿਸਰ ਇਹ ਦੇਖਦਾ ਕਿ ਵੀ ਇਹ ਤਾਂ ਜਸਟ ਕੈਨੇਡਾ ਜਾਣ ਲਈ ਜਾ ਰਿਹਾ, ਇਹ ਆਪਣੇ ਜਿਹੜੇ ਪੁਰਾਣੇ ਸਬਜੈਕਟਸ ਨੇ ਉਹਨਾਂ ਦੇ ਵਿੱਚ ਕੋਈ ਐਡਵਾਂਸ ਸਟੱਡੀ ਜਾਂ ਉਹਨਾਂ ਨੂੰ ਹੋਰ ਐਡਵਾਂਸਮੈਂਟ ਵਾਸਤੇ ਨਹੀਂ ਜਾ ਰਿਹਾ, ਅਤੇ ਉਹਨੂੰ ਥੋੜ੍ਹਾ ਜਿਹਾ ਡਾਊਟ ਹੁੰਦਾ ਕਿ ਵੀ ਇਹ ਇਹਦੀ ਸਿਲੈਕਸ਼ਨ ਜਿਹੜੀ ਹੈ ਇਹ ਵੇਗ ਹੈ। ਇਹਦਾ ਮਤਲਬ ਹੈ ਕਿ ਇਹ ਏਜੰਟ ਨੇ ਕੋਈ ਇਹਨੂੰ ਗਾਈਡ ਕੀਤਾ ਹੋਇਆ, ਇਹ ਆਪ ਨਹੀਂ ਗਾਈਡ ਹੋਇਆ ਹੋਇਆ, ਅਤੇ ਉਹਦੇ ਲਈ ਉਹਨੂੰ ਇੱਕ ਡਾਊਟ ਹੋ ਜਾਂਦਾ ਅਤੇ ਉਹ ਕਈ ਵਾਰੀ ਇਸ ਬੇਸ 'ਤੇ ਵੀ ਰਿਫਿਊਜ਼ਲਸ ਲੱਗ ਜਾਂਦੀਆਂ ਨੇ। ਇਸ ਕਰਕੇ ਕੋਰਸ ਸਿਲੈਕਸ਼ਨ ਜਿਹੜੀ ਹੈ, ਤੁਹਾਡੇ ਕੁਝ ਕੋਰ ਸਬਜੈਕਟ ਹੁੰਦੇ ਨੇ, ਜੇ ਤੁਸੀਂ ਮੈਡੀਕਲ ਕਰ ਰਹੇ ਹੋ, ਤੁਸੀਂ ਨੋਨ ਮੈਡੀਕਲ ਕਰ ਰਹੇ ਹੋ, ਤੁਸੀਂ ਇੱਥੇ ਤੁਸੀਂ ਕਮਰਸ ਕਰ ਰਹੇ ਹੋ, ਇੱਥੇ ਤੁਸੀਂ ਕੋਈ ਵੀ ਇਹੋ ਜਿਹੇ ਸਬਜੈਕਟਸ ਕਰ ਰਹੇ ਹੋ ਜਿਹੜਾ ਇੱਕ ਡਿਫਰੈਂਟ ਫੀਲਡ ਹੈ, ਅਤੇ ਇੱਕਦਮ ਤੁਸੀਂ ਜਿਹੜੇ ਨਵੇਂ ਉੱਥੇ ਸਬਜੈਕਟ ਲੈਂਦੇ ਹੋ ਕੈਨੇਡਾ 'ਚ, ਉਹ ਸਬਜੈਕਟ ਆਲ ਟੂਗੈਦਰ ਡਿਫਰੈਂਟ ਨੇ ਇਹਨਾਂ ਐਗਜਿਸਟਿੰਗ ਸਬਜੈਕਟਸ 'ਚੋਂ, ਅਤੇ ਉਹ ਕੋਰਸ ਸਿਲੈਕਸ਼ਨ ਦੇ ਵਿੱਚ ਜਿਹੜੀ ਸਾਡੀ ਮੁਸ਼ਕਲ ਆਉਂਦੀ ਹੈ ਉਹਦੇ 'ਚ ਸਾਨੂੰ ਫਿਰ ਰਿਫਿਊਜ਼ਲ ਆ ਸਕਦੀ ਹੈ, ਬਸ਼ਰਤੇ ਕਿ ਸਾਡੀ ਸਟੇਟਮੈਂਟ ਆਫ ਪਰਪਸ ਜਿਹੜੀ ਹੈ ਉਹ ਸਟਰੋਂਗ ਹੋਵੇ। ਜੇ ਸਾਡੀ ਸਟੇਟਮੈਂਟ ਆਫ ਪਰਪਸ ਸਟਰੋਂਗ ਹੋਏਗੀ ਫਿਰ ਸਾਨੂੰ ਪ੍ਰੋਬਲਮ ਨਹੀਂ ਆ ਸਕਦੀ, ਪਰ ਅਦਰਵਾਈਜ਼ ਵੀਜ਼ਾ ਆਫਿਸਰ ਇਹ ਚੀਜ਼ ਨੂੰ ਕੰਸਿਡਰ ਕਰਦਾ। ਸੋ ਜਿਵੇਂ ਕਿ ਤੁਸੀਂ ਗੱਲ ਕੀਤੀ ਸਟੇਟਮੈਂਟ ਆਫ ਪਰਪਸ ਦੇ ਬਾਰੇ, ਤਾਂ ਸਾਨੂੰ ਦੱਸੋ ਕਿ ਸਟੇਟਮੈਂਟ ਆਫ ਪਰਪਸ ਕੀ ਹੈ। ਸੁਮਨ ਜੀ, ਸਟੇਟਮੈਂਟ ਆਫ ਪਰਪਸ ਜਿਹੜੀ ਹੈ ਉਹ ਸਾਡਾ ਪਰਪਸ ਹੈ ਕਿ ਅਸੀਂ ਸਟੱਡੀ ਕਰਨ ਕਿਉਂ ਜਾ ਰਹੇ ਹਾਂ ਕੈਨੇਡਾ, ਕੀ ਸਾਡੇ ਫਿਊਚਰ ਪਲਾਨ ਨੇ, ਅਸੀਂ ਅੱਗੋਂ ਕੀ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਆਪਣੇ ਵੱਲੋਂ ਸਟੂਡੈਂਟ ਵੱਲੋਂ ਜੋ ਉਹਦੀਆਂ ਲਾਈਫ ਦੀਆਂ ਐਕਸਪੈਕਟੇਸ਼ਨਸ ਨੇ ਉਸ ਹਿਸਾਬ ਨਾਲ ਉਹਨੂੰ ਡਿਜ਼ਾਈਨ ਕਰਦੇ ਹਾਂ। ਸਟੂਡੈਂਟ ਸਾਨੂੰ ਗਾਈਡ ਕਰਦਾ ਕਿ ਵੀ ਮੈਂ ਆਹ ਸਬਜੈਕਟ ਕਰ ਰਿਹਾ, ਮੈਂ ਆਹ ਸਬਜੈਕਟ ਲੈਣਾ ਚਾਹ ਰਿਹਾ, ਮੈਂ ਇਹ ਕਿਉਂ ਲੈਣਾ ਚਾਹ ਰਿਹਾ, ਉਹਦਾ ਮੈਨੂੰ ਕੀ ਫਾਇਦਾ ਅਤੇ ਅੱਗੋਂ ਮੈਨੂੰ ਉਹਦੀ ਕੀ ਹੈਲਪ ਹੋਏਗੀ। ਅਸੀਂ ਉਹਨੂੰ ਸਿਰਫ ਜਿਹੜੀ ਹੈ ਉਹਨੂੰ ਪ੍ਰੈਜੈਂਟੇਸ਼ਨ 'ਚ ਉਹਦੀ ਮਦਦ ਕਰਦੇ ਹਾਂ। ਰੀਜ਼ਨ ਕੀ ਹੈ ਕਿ ਸਪੋਜ਼ ਕਰੋ ਇੱਕ ਬੰਦੇ ਨੇ ਮੈਡੀਕਲ ਸਬਜੈਕਟ ਲਿੱਤੇ, ਨਾਲ ਉਹਨੇ ਫਿਜ਼ੀਕਲ ਐਜੂਕੇਸ਼ਨ ਇੱਕ ਲਿੱਤਾ ਹੋਇਆ ਸਬਜੈਕਟ, ਉਹ ਕਹਿੰਦਾ ਵੀ ਮੈਂ ਹੁਣ ਮੈਡੀਕਲ ਨਹੀਂ ਕਰਨੀ, ਮੈਂ ਆਪਣੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਅੱਗੇ ਹੋਰ ਐਡਵਾਂਸਮੈਂਟ ਕਰਨੀ ਆ, ਔਰ ਇੱਥੇ ਆ ਕੇ ਮੈਂ ਫਿਜ਼ੀਕਲ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਹੀ ਕੋਈ ਆਪਣੀ ਕੋਚਿੰਗ ਖੋਲ੍ਹਣੀ ਹੈ, ਕੋਈ ਅਕੈਡਮੀ ਖੋਲ੍ਹਣੀ ਹੈ ਜਾਂ ਕੋਈ ਜੋਬ ਕਰਨੀ ਹੈ। ਅਤੇ ਉਹ ਜੇ ਉਹਦੇ ਕੋਲ ਵੈਲਿਡ ਰੀਜ਼ਨ ਹੈ ਔਰ ਉਹ ਚੀਜ਼ ਨੂੰ ਉਹ ਸਾਨੂੰ ਚੰਗੀ ਤਰ੍ਹਾਂ ਦੱਸ ਪਾਉਂਦਾ ਅਤੇ ਅਸੀਂ ਅੱਗੇ ਉਹਨੂੰ ਪ੍ਰੈਜੈਂਟ ਕਰ ਪਾਉਂਦੇ ਹਾਂ ਚੰਗੀ ਤਰ੍ਹਾਂ, ਅਤੇ ਸਟੇਟਮੈਂਟ ਆਫ ਪਰਪਸ ਦੇ ਨਾਲ ਅਸੀਂ ਜਿਹੜੀ ਕੋਰਸ ਸਿਲੈਕਸ਼ਨ ਦੀ ਜਿਹੜੀ ਡੇਵੀਏਸ਼ਨ ਹੈ ਉਹਨੂੰ ਹੈਂਡਲ ਕਰ ਸਕਦੇ ਹਾਂ। ਅਤੇ ਇਹ ਸਟੂਡੈਂਟ ਜਿਹੜੀ ਸਟੇਟਮੈਂਟ ਆਫ ਪਰਪਸ ਹੈ ਇਹ ਬਹੁਤ ਇੰਪੋਰਟੈਂਟ ਹੈ, ਇਹ ਵੀਜ਼ਾ ਆਫਿਸਰ ਨੂੰ ਹੈਲਪ ਕਰਦੀ ਹੈ ਬੱਚੇ ਦੇ ਬਾਰੇ ਅੰਡਰਸਟੈਂਡਿੰਗ ਲੈਣ ਲਈ, ਔਰ ਉਹਦੇ ਸਬਜੈਕਟਸ ਬਾਰੇ, ਉਹਦੇ ਬਾਰੇ ਔਰ ਉਹਦੇ ਫਿਊਚਰ ਪਲਾਨ ਬਾਰੇ, ਜਿਹੜਾ ਕਿ ਉਹ ਉਹਨੂੰ ਵੀਜ਼ਾ ਦੇਣ 'ਚ ਮਦਦ ਕਰਦੇ ਹੈ। ਜਗਵੀ ਬਾਵਾ ਜੀ, ਤੁਸੀਂ ਸਾਨੂੰ ਇੰਨੀ ਜਾਣਕਾਰੀ ਦਿੱਤੀ ਔਰ ਸਾਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਸਾਡੇ ਪ੍ਰੋਗਰਾਮ ਜ਼ਰੂਰ ਪਸੰਦ ਆਵੇਗਾ। ਫਿਲਹਾਲ ਮੈਨੂੰ ਤਾਂ ਇਜਾਜ਼ਤ, ਧੰਨਵਾਦ।